ਹਾਂਜੀ ਗੁੱਡ ਇਵਨਿੰਗ ਸਟੂਡੈਂਟਸ ਬੇਟਾ ਅੱਜ ਆਪਾਂ ਨੇ ਕਰਨਾ ਹੈ ਕੈਮੀਕਲ ਰਿਐਕਸ਼ਨ ਅੱਜ ਦਾ ਕੈਮੀਕਲ ਰਿਐਕਸ਼ਨ ਹੈ ਕੰਬਸਨ ਰਿਐਕਸ਼ਨ ਇਹ ਪੰਜਾਬੀ ਚ ਕਹਿੰਦੇ ਆ ਜਲਨ ਜਾਂ ਬਲਨ ਕਿਰਿਆ ਜਦੋਂ ਕੋਈ ਚੀਜ਼ ਜਲਦੀ ਹੈ ਜਾਂ ਬਲਦੀ ਹੈ ਉਸ ਕਿਰਿਆ ਨੂੰ ਆਪਾਂ ਅ ਜਲਨ ਜਾਂ ਬਲਨ ਕਿਰਿਆ ਕਹਿੰਦੇ ਆ ਠੀਕ ਹੈ ਕੰਬਸਨ ਤੇ ਪਹਿਲਾ ਦਾ ਇਹ ਆਪਣੇ ਰੋਜ਼ਾਨਾ ਜ਼ਿੰਦਗੀ ਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਕੰਬਸਸ਼ਨ ਨਾਲ ਆਪਾਂ ਖਾਣਾ ਕਰ पका ਸਕਦੇ ਹ ਵਾਹਨਾਂ ਨੂੰ ਊਰਜਾ ਮਿਲ ਸਕਦੀ ਹੈ ਬਿਜਲੀ ਵੀ ਪੈਦਾ ਕਰ ਸਕਦੇ ਹ ਤੇ ਕਈ ਉਦਯੋਗਾਂ ਦੇ ਵਿੱਚ ਇਹ ਕੰਮ ਆਂਦੀ ਹੈ ਠੀਕ ਹੈ ਤੇ ਅੱਗ ਤੋਂ ਬਚਾ ਲਈਏ ਕੰਮ ਆਂਦੀ ਹੈ ਊਰਜਾ ਸਰੋਤਾਂ ਦੇ ਵਿੱਚ ਇਹਦੀ ਕੰਮ ਆਂਦੀ ਹੈ ਕਿ ਊਰਜਾ ਪੈਦਾ ਕਰਨ 'ਚ ਇਹਦੀ ਕੰਬਸਸ਼ਨ ਕਿਰਿਆ ਦਾ ਬਹੁਤ ਯੋਗਦਾਨ ਹੈ ਠੀਕ ਹੈ ਤੇ ਹੁਣ ਮੇਨ ਗੱਲ ਹੈ ਕਿ ਕੰਬਸਸ਼ਨ ਕਿਦਾਂ ਹੁੰਦੀ ਕੀ ਹੈ ਇਹ ਦੇਖੀਏ ਮੇਨ ਜਬ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਜਦੋਂ ਦੇਖੋ ਇਹਦੇ ਜਾਂ ਲਿਖਿਆ ਹੈ ਕੰਬਸ਼ਨ ਜਾਂ ਬਲਨ ਕਿਰਿਆ ਇੱਕ ਅਜਿਹੀ ਰਸਾਇਣਿਕ ਕਿਰਿਆ ਜਿਸ ਵਿੱਚ ਜਲਨਸ਼ੀਲ ਪਦਾਰਥ ਜਿਹੜਾ ਪਦਾਰਥ ਜਲ ਸਕਦਾ ਹੈ ਉਹ ਤਾਪ ਅਤੇ ਆਕਸੀਜਨ ਦੀ ਮੌਜੂਦਗੀ ਚ ਤਾਪ ਅਤੇ ਆਕਸੀਜਨ ਦੀ ਮੌਜੂਦਗੀ ਚ ਉਤਪਾਦ ਪੈਦਾ ਕਰਦੇ ਨੇ ਤੇ ਨਾਲ ਤਾਪ ਊਰਜਾ ਪੈਦਾ ਹੁੰਦਾ ਹੈ ਜਿਵੇਂ ਆਹ ਦੇਖੋ ਕਿ ਜਦੋਂ ਕੋਈ ਵੀ ਜਲਨਸ਼ੀਲ ਪਦਾਰਥ ਜਿਵੇਂ ਪੈਟਰੋਲੀਅਮ ਲੈ ਲਿਆ ਪੈਟਰੋਲੀਅਮ ਨੂੰ ਜਦੋਂ ਆਕਸੀਜਨ ਅਤੇ ਹੀਟ ਤਾਪ ਦੀ ਊਰਜਾ ਦੇ ਵਿੱਚ ਇਹਨੂੰ ਜਦੋਂ ਆਪਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਇਹ ਤਿੰਨਾਂ ਨੂੰ ਆਪਸ ਵਿੱਚ ਮਿਲਦੇ ਨੇ ਤਾਂ ਕੰਬਸ਼ਨ ਕਿਰਿਆ ਹੁੰਦੀ ਹੈ ਤਾਂ ਇੱਕ ਤਾਂ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ਇੱਕ ਪਾਣੀ ਪੈਦਾ ਹੁੰਦਾ ਹੈ ਪਲੱਸ ਇਹਦੇ ਵਿੱਚ ਵੀ ਤਾਪ ਊਰਜਾ ਨਿਕਲਦੀ ਹੈ ਕਲੀਅਰ ਹੈ ਮਤਲਬ ਕਿ ਜਦੋਂ ਵੀ ਕੰਬਸ਼ਨ ਕਿਰਿਆ ਹੋਊਗੀ ਕੰਬਸ਼ਨ ਕਿਰਿਆ ਤਾਂ ਦੀ ਪੋਸੀਬਲ ਹੈ ਬਲਣ ਜਾਂ ਜਲਣ ਕਿਰਿਆ ਆਕਸੀਜਨ ਦੀ ਮੌਜੂਦਗੀ ਚ ਪੋਸੀਬਲ ਹੈ ਇਹਦੇ ਲਈ ਜਲਨਸ਼ੀਲ ਪਦਾਰਥ ਹੋਣਾ ਜ਼ਰੂਰੀ ਹੈ ਕੋਈ ਵੀ ਜਲਨਸ਼ੀਲ ਪਦਾਰਥ ਲਓ ਕੋਈ ਵੀ ਫਿਊਲ ਲੈ ਲਓ ਜਿਵੇਂ ਤੇ ਜਲੋ ਉਹਨੂੰ ਜਲਾਣਾ ਤਾਂ ਆਪਾਂ ਨੂੰ ਆਕਸੀਜਨ ਹਵਾ ਚ ਹੋਣੀ ਹੋਣੀ ਹੈ ਨਾਲ ਗਰਮ ਕਰਨਾ ਜਦੋਂ ਗਰਮ ਕਰਾਂਗੇ ਤਾਂ ਜਿਹੜਾ ਉਤਪਾਦ ਬਣੂਗੇ ਨਾਲ ਤਾਪ ਊਰਜਾ ਪੱਕੀ ਨਿਕਲੂਗੀ ਉਤਪਾਦ ਜਦੋਂ ਤਾਂ ਫਿਊਲ ਹੈ ਤਾਂ ਉਤਪਾਦ ਕਾਰਬਨ ਡਾਈ ਆਕਸਾਈਡ ਵਾਟਰ ਤੇ ਤਾਂ ਤਾਪੁਰ ਜਾ ਨਿਕਲੂਗੀ ਠੀਕ ਹੈ ਬੇਟਾ ਦੇਖੋ ਕਲੀਅਰ ਹੈ ਬਸ ਸਿਰਫ ਤੁਸੀਂ ਇਸ ਸਲਾਈਡ ਦੇ ਵਿੱਚ ਸਿਰਫ ਇੰਨਾ ਕੁ ਯਾਦ ਰੱਖਣਾ ਹੈ ਕੰਬਸਸ਼ਨ ਕਿਰਿਆ ਕੀ ਹੁੰਦੀ ਹੈ ਕਿ ਕੋਈ ਵੀ ਚੀਜ਼ ਜਲਦੀ ਦਦੀ ਹੈ ਜੇ ਆਕਸੀਜਨ ਦੀ ਮੌਜੂਦਗੀ ਹੋਣੀ ਚਾਹੀਦੀ ਹੈ ਤੇ ਜਲਨਸ਼ੀਲ ਪਦਾਰਥ ਹੋਣਾ ਜ਼ਰੂਰੀ ਹੈ ਤੇ ਜਦੋਂ ਵੀ ਤੇ ਜਲਨ ਕਿਰਿਆ ਆਪਣੇ ਡੇਲੀ ਲਾਈਫ ਚ ਬਹੁਤ ਜ਼ਰੂਰਤਮੰਦ ਹੈ ਕਿਉਂਕਿ ਫਿਊਲ ਦੇ ਵਿੱਚ ਇਹਦੀ ਵਰਤੋਂ ਹੁੰਦੀ ਹੈ ਊਰਜਾ ਪੈਦਾ ਕਰਨ ਚ ਵਰਤੋਂ ਹੁੰਦੀ ਹੈ ਬਹੁਤ ਜਗ੍ਹਾ ਤੇ ਇੰਨਾ ਦੀ ਵਰਤੋਂ ਹੁੰਦੀ ਹੈ ਤੇ ਜਦੋਂ ਵੀ ਜਿਵੇਂ ਜਦੋਂ ਵੀ ਆਪਾਂ ਨੇ ਕਿਸੇ ਚੀਜ਼ ਨੂੰ ਜਲਾਣਾ ਹੈ ਕਿ ਪਹਿਲਾ ਜਲਨਸ਼ੀਲ ਪਦਾਰਥ ਹੋਣਾ ਚਾਹੀਦਾ ਜਿਵੇਂ ਆਪਾਂ ਫਿਊਲ ਲੈ ਲਿਆ ਤੇ ਜਦੋਂ ਜਲਾਣਾ ਹੈ ਤਾਂ ਆਕਸੀਜਨ ਹੋਣੀ ਜ਼ਰੂਰੀ ਹੈ ਤੇ ਤਾਪ ਹੋਣਾ ਤਾਪ ਊਰਜਾ ਜਿਵੇਂ ਤੇ ਸੂਰਜ ਹੈ ਉਹ ਹੋਣਾ ਜ਼ਰੂਰੀ ਹੈ ਤੇ ਜਿਹੜੀ ਚੀਜ਼ ਬਣੂਗੀ ਉਤਪਾਦ ਬਣੂਗਾ ਜੇ ਤਾਂ ਫਿਊਲ ਹੈ ਤਾਂ ਪੱਕਾ ਕਾਰਬਨ ਡਾਈ ਆਕਸਾਈਡ ਤੇ ਵਾਟਰ ਬੰਨਾ ਹੀ ਬੰਨਾ ਹੈ ਨਾਲ ਦੇ ਨਾਲ ਤਾਪ ਊਰਜਾ ਵੀ ਨਿਕਲਣੀ ਉਹ ਨਿਕਲਣੀ ਹੈ ਥੈਟ ਇਜ਼ ਕੰਬਸ਼ਨ ਰਿਐਕਸ਼ਨ ਔਰ ਬਲਨ ਕਿਰਿਆ ਕਲੀਅਰ ਆ ਬੇਟਾ ਸਮਝ ਆ ਗਈ ਹੁਣ ਤੁਸੀਂ ਇਹਦੇ ਵਿੱਚ ਰਿਐਕਸ਼ਨ ਚ ਸਿਰਫ ਇੰਨਾ ਕੀ ਯਾਦ ਰੱਖਣਾ ਇੱਕ ਤਾਂ ਕੰਬਸ਼ਨ ਰਿਐਕਸ਼ਨ ਕੀ ਹੁੰਦਾ ਇੱਕ ਤਾਂ ਇਹ ਪਤਾ ਹੋਵੇ ਇੱਕ ਤੁਹਾਨੂੰ ਆ ਸਿੰਬਲ ਬਤਾ ਹੋਵੇ ਕਦੇ-ਕਦੇ ਆ ਪੁੱਛ ਲੈਂਦਾ ਹੁੰਦਾ ਸਿੰਬਲ ਕਿਸ ਚੀਜ਼ ਦਾ ਜਿਹੜਾ ਕੈਮੀਕਲ ਰਿਐਕਸ਼ਨ ਦੇ ਵਿੱਚ ਆ ਸਿੰਬਲ ਹੈ ਹੀਟ ਦਾ ਇਹਨਾਂ ਨੂੰ ਕਹਿੰਦੇ ਆਪਾਂ ਰਿਐਕਟੈਂਟ ਜਾਂ ਅਭਿਕਾਰਕ ਇਹਨਾਂ ਨੂੰ ਕਹਿੰਦੇ ਜਿਹੜੇ ਰਾਈਟ ਸਾਈਡ ਤੇ ਹੁੰਦੇ ਜਿਹੜੀ ਜੀ ਬਣਦੀਆਂ ਨੂੰ ਪ੍ਰੋਡਕਟ ਜਾਂ ਉਤਪਾਦ ਕਹਿੰਦੇ ਠੀਕ ਹੈ ਬੇਟਾ ਸਮਝ ਆ ਗਈ ਕੰਬਸ਼ਨ ਕਿਰਿਆ ਕੀ ਹੁੰਦੀ ਹੈ ਤੇ ਕਿਹੜੇ-ਕਿਹੜੇ ਚੀਜ਼ਾਂ ਚਾਹੀਦੀਆਂ ਨੇ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਜੇ ਜੇ ਫਿਰ ਵੀ ਕੋਈ ਪ੍ਰੋਬਲਮ ਹੋਵੇ ਮੈਨੂੰ ਕਮੈਂਟ ਬਾਕਸ 'ਚ ਮੈਸੇਜ ਕਰਕੇ ਜਰੂਰ ਦੱਸ ਦੇਣਾ ਤੇ ਜੇ ਵੀਡੀਓ ਪਸੰਦ ਹੋਈ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਬੇਟਾ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਜੇ ਨਹੀਂ ਕੀਤਾ ਥੈਂਕ ਯੂ ਹੈਵ ਅ ਨਾਈਸ ਡੇ